ਖਾਲਸਾ ਪੰਥ ਦੀ ਗੌਰਵਮਈ ਵਿਰਾਸਤ ਅਤੇ ਚੜ੍ਹਦੀ ਕਲਾ ਦੇ ਪ੍ਰਤੀਕ ਕਮਾਂਦਰੀ ਗੱਤਕਾ ਦਿਵਸ ਮਨਾਉਂਦਿਆਂ ਗੁਰਮਤ ਪ੍ਰਚਾਰਕ ਜਥਾ ਮੱਲਾਵਾਲਾ ਅਤੇ ਇਲਾਕੇ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਦੇ ਨਾਲ ਵਿਸ਼ੇਸ਼ ਕਮਾਂਦਰੀ ਗੱਤਕਾ ਮਾਰਚ ਕੱਢਿਆ ਗਿਆ ਗੱਤਕਾ ਮਾਰਚ ਦੀ ਆਰੰਭਤਾ ਦੀ ਅਰਦਾਸ ਬਾਬਾ ਬਲਕਾਰ ਸਿੰਘ ਵੱਲੋਂ ਕਰਨ ਉਪਰੰਤ ਇਹ ਮਾਰਚ ਗੁਰਦੁਆਰਾ ਵਿਸ਼ਵਕਰਮਾ ਸਿੰਘ ਸਭਾ ਤੋਰਵਾਣਾ ਹੋਇਆ ਜੋ ਕਸਬਾ ਮੱਲਾਵਾਲਾ ਦੇ ਵੱਖ-ਵੱਖ ਮੁਹੱਲਿਆਂ ਬਾਜ਼ਾਰਾਂ ਤੋਂ ਗੁਜ਼ਰਿਆ ਇਸ ਮਾਰਚ ਦੇ ਵਿੱਚ ਬੱਚਿਆਂ ਦੇ ਵੱਲੋਂ ਗਤਕੇ ਦੇ ਜੋਹਰ ਵੀ ਵਿਖਾਏਗੇ ਮੱਲਾਵਾਲਾ ਤੋਂ ਅ즈 ਦੀ ਆਵਾਜ਼ ਦੇ ਲਈ ਗੁਰਦੇਵ ਸਿੰਘ ਗਿੱਲ ਦੀ ਰਿਪੋਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਸਮੁੱਚੀਆਂ ਸੰਗਤਾਂ ਨੂੰ ਅੱਜ ਗਤਕਾ ਦੇਸ਼ ਦੀਆਂ ਲੱਖ ਲੱਖ ਵਧਾਈਆਂ ਹੋਣ ਅੱਜ ਮੱਲਾਂਵਾਲਾ ਦੀ ਸਮੁੱਚੀ ਸੰਗਤ ਨੂੰ ਐਲਾਨ ਕੀਤਾ ਗਿਆ ਹੈ ਕਿ ਇੱਕ ਗਤਕਾ ਮਾਰਚ ਮੱਲਾਂਵਾਲਾ ਗੁਰਦੁਆਰਾ ਸਿੰਘ ਸਭਾ ਵਿਸ਼ੂ ਕਰਮਾਤ ਆਰੰਭਤਾ ਹੋ ਕੇ ਔਰ ਪੂਰੇ ਮੱਲਾਂਵਾਲੇ ਸ਼ਹਿਰ ਵਿੱਚ ਹੁੰਦਾ ਹੋਇਆ ਆਵਾਪਸ ਇੱਥੇ ਆਵੇਗਾ ਸੋ ਇਹ ਗਤਕਾ ਮਾਰਚ ਕੱਢਣ ਦਾ ਇੱਕੋ ਇੱਕ ਮਨੋਰਥ ਹੈ ਕਿ ਸਾਨੂੰ ਸਤਿਗੁਰ ਸਾਹਿਬ ਜੀ ਨੇ ਬਾਣੀ ਤੇ ਬਾਣਾ ਬਖਸ਼ਿਆ ਸ਼ਾਸਤਰ ਤੇ ਸ਼ਾਸਤਰ ਬਖਸ਼ਿਆ ਸੀ ਸੋ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸਾਨੂੰ ਇਹ ਹੁਕਮ ਕੀਤਾ ਸੀ ਕਿ ਜਿੱਥੇ ਸਿੱਖ ਸਾਨੂੰ ਮਾਇਆ ਪੇੜ ਕਰਨ ਉਥੇ ਸਾਨੂੰ ਜਵਾਨਵੀ ਪੇੜ ਕਰਨ ਉਥੇ ਵਾਦੀਆ ਛੈਤਰ ਵੀ ਲੈ ਕੇ ਆਉਣ ਔਰ ਇਸ ਵਾਸਤੇ ਇਹ ਜਿਹੜੀ ਪਰੰਪਰਾ ਮਰਜ਼ਾਦਾ ਜਿਹੜੀ ਹੈ ਉਹਨੂੰ ਬਹਾਲ ਕਰਨ ਵਾਸਤੇ ਇਹ ਜਿਹੜੀ ਅੱਜ ਜੋ ਗਤਕਾ ਮਾਰਚ ਕੱਢਿਆ ਜਾ ਰਿਹਾ ਹੈ ਨਾਲ ਨਾਲ ਮੈਂ ਇੱਕ ਹੋਰ ਬੇਨਤੀ ਕਰਨਾ ਚਾਹਣਾ ਹੈ ਕਿ ਪਿਛਲੇ ਦਿਨੀ ਸਾਡੇ ਸਤਕਾਰਯੋਗ ਅਕਾਲ ਤਖਤ ਵੱਲੋਂ ਐਲਾਨ ਹੋਇਆ ਸੀ ਕਿ ਹਰ ਇੱਕ ਸਿੱਖ ਜਿਹੜਾ ਹੈ ਬੱਚਾ ਹੈ ਉਹ ਸ਼ਸਤਰ ਧਾਰੀ ਹੋਵੇ ਤੇ ਨਾਲ ਗਤਕਾ ਤੇ ਸ਼ਸਤਰਾਂ ਦੀ ਸਖਲਾਈ ਲਵੇ ਅਸੀਂ ਆਕਾਲ ਤਖਤ ਦੇ ਹੁਕਮ ਨੂੰ ਮੰਨਦੇ ਹੋਇਆ ਇਹ ਜਿਹੜੀ ਹੈ ਅੱਜ ਜੋ ਇਥੋਂ ਇਮਾਰਜ ਕੱਢਿਆ ਜਾ ਰਿਹਾ ਹੈ ਔਰ ਮੈਂ ਬੇਨਤੀ ਕਰਾਂਗਾ ਆਕਾਲ ਤਖਤ ਜਹੇਦਾਰ ਸਾਹਿਬ ਨੂੰ ਬੇਨਤੀ ਕਰਾਂਗਾ ਕਿ ਜਹੇਦਾਰ ਸਾਹਿਬ ਜੀ ਤੁਸੀਂ ਬਿਆਨ ਦਿੱਤਾ ਅਸੀਂ ਤੁਹਾਡਾ ਬਹੁਤ ਧੰਨਵਾਦ ਕਰਦੇ ਹਾਂ ਪਰ ਜਿਹੜਾ ਤੁਸੀਂ ਬਿਆਨ ਦਿੱਤਾ ਹੈ ਇਹ ਲਾਗੂ ਵੀ ਕਰੋ ਤੁਸੀਂ ਇੱਕ ਅੱਜੇ ਹਾ ਦਿਨ ਪੱਕਾ ਹੀ ਮੁਕਰਰ ਕਰੋ ਕਿ ਉਸ ਦਿਨਾਂ ਪੂਰੀ ਸਿੱਖ ਕੌਮ ਉਹ ਜਿਹੜਾ ਹੈ ਗੱਤਕਾ ਦਿਵਸ ਮਨਾਵੇ ਉਸ ਦਿਨ ਗੱਤਕਾ ਦਿਵਸ ਮਨਾਇਆ ਜਾਵੇ ਭਾਵੇਂ ਜੋ ਮੀਰੀ ਪੀੜੀ ਵਾਲਾ ਦਿਨ ਮਕਰਰ ਕਰੋ ਕੋਈ ਵੀ ਦਿਨ ਇੱਕ ਪੱਕਾ ਕਰੋ ਜਿਸ ਦਿਨ ਪੂਰੀ ਸਿੱਖ ਕੌਮ ਪਿੰਡਾਂ ਪਿੰਡਾਂ ਵਿੱਚ ਸ਼ਹਿਰਾਂ ਸ਼ਹਿਰਾਂ ਵਿੱਚ ਗੱਤਕਾ ਦਿਵਸ ਮਨਾਇਆ ਜਾਵੇ ਤੇ ਨੌਜਵਾਨ ਪੀੜੀ ਨੂੰ ਬਾਣੀ ਤੇ ਬਾਣ ਨਾਲ ਜੋੜਿਆ ਜਾਵੇ ਇਹ ਮੇਰੀ ਬੇਨਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ